ਬਹੁਤ ਸਾਰੇ ਲੋਕ ਇਹ ਵੀ ਸਵਾਲ ਕਰਦੇ ਆ ਵੀ ਫਿਰ ਮੂਰਤੀ ਜਿਹੜੇ ਪੂਜਦੇ ਆ ਜੀ ਉਹਨਾਂ ਦਾ ਵੀ ਵਿਸ਼ਵਾਸ ਆ, ਉਹਨੂੰ ਖੰਡਨ ਕਿਉਂ? ਜਿਹੜਾ ਮਹਾਂਪੁਰਸ਼ ਤਵੀ ਪਰ ਬੈਠਿਆ ਹੈ ਜੀ, ਜਿਹੜੇ ਮਹਾਂਪੁਰਸ਼ ਨੇ ਦੂਜਿਆਂ ਦੇ ਖਾਤਰ ਆਪਣੀ ਗਰਦਨ ਕਟਵਾਈ ਹੈ, ਉਹ ਝੂਠ ਨਹੀਂ ਬੋਲ ਸਕਦੇ। ਕੋਈ ਬੁੱਤਾਂ ਨੂੰ ਪੂਜ ਰਿਹਾ ਮੂਰਤੀਆਂ ਨੂੰ, ਕੋਈ ਮੜੀਆਂ ਮਰਿਆਮਿਆਂ ਨੂੰ ਪੂਜ ਰਿਹਾ, ਦੀਵੇ ਬਾਲ ਰਿਹਾ ਦੀਵਾਲੀ ਵਾਲੀਆਂ ਰਾਤਾਂ ਨੂੰ। ਹੁਣ ਲੋਕ ਇਹ ਵੀ ਕਹਿੰਦੇ ਨੇ ਵੀ ਇੱਕ ਪਾਸੇ ਤੁਸੀਂ ਮੂਰਤੀਆਂ ਨੂੰ ਕਹਿੰਦੇ ਵੀ ਖੰਡਨ ਕਰੋ, ਦੂਜੇ ਪਾਸੇ ਤੁਸੀਂ ਇਹ ਵੀ ਕਹਿ ਦਿੰਦੇ ਵੀ ਧੰਨੇ ਭਗਤ ਨਾ ਪਾਏ ਪੱਥਰ 'ਚ ਰਾਬਾ। ਉਹ ਗੱਲ ਆ ਗਈ ਵਿੱਚ ਇਹ। ਹਾਂਜੀ, ਇਹ ਲੋਕ ਕਹਾਵਤ ਹੈ ਵੀ ਧੰਨੇ ਨੇ ਪੱਥਰ 'ਚੋਂ ਪਾਇਆ, ਪੰਡਿਤ ਨੇ ਚਲਾਈ ਹੋਈ ਹੈ ਇਹ ਗੱਲ, ਧੰਨੇ ਨੇ ਆਪ ਲਿਖੀ ਹੋਈ ਗੱਲ ਹੈ। ਉਹਨਾਂ ਦੀ ਗੱਲ ਨੂੰ ਯਕੀਨ ਕਰੀਏ ਕਿ ਲੋਕਾਂ ਦੀ ਘੇੜਿਆਂ ਦੀ ਯਕੀਨ ਕਰੀਏ? ਹੁਣ ਇਸ ਗੱਲ ਨੂੰ ਵੀ ਸਮਝਿਓ ਚੰਗੀ ਤਰ੍ਹਾਂ ਬਈ, ਇੱਕ ਹੁੰਦਾ ਤਿੰਨੇ ਗੁਣਾਂ 'ਚ ਹੋਣਾ ਮੋਰੈਲਿਟੀ ਕਹਿੰਦੇ ਜਿਹਨੂੰ, ਇੱਕ ਹੁੰਦਾ ਉਸ ਤੋਂ ਥੋੜ੍ਹਾ ਜਿਹਾ ਉੱਚਾ ਹੋ ਜਾਂਦਾ ਬੰਦਾ ਆਤਮਿਕ ਲੈਵਲ 'ਤੇ, ਉਹਨੂੰ ਸਪਿਰਚੁਅਲ ਕਹਿੰਦੇ। ਜਿਹੜਾ ਸਭ ਤੋਂ ਉੱਚਾ ਹੋ ਜਾਂਦਾ ਰੱਬ ਦੇ ਨਾਲ ਸਾਕਸ਼ਾਤ ਦਰਸ਼ਨ ਹੋ ਜਾਂਦੇ ਜਿਹਦੇ ਜੀ, ਉਹਨੂੰ ਕਹਿੰਦੇ ਡਿਵਾਈਨ। ਤਮੋ ਗੁਣੀ ਨਹੀਂ, ਉਹ ਤਾਂ ਮਾਇਆ ਦਾ ਗੁਣ ਹੈ ਜੀ, ਰਜੋ ਤਮੋ ਅਤੇ ਸਤੋ। ਹਾਂਜੀ, ਇਹਨਾਂ ਦੇ ਵਿੱਚ ਇਹ ਮਾਇਆ ਦੇ ਗੁਣ ਹੈ ਤਿੰਨੇ। ਠੀਕ ਹੈ, ਇਹਨਾਂ 'ਚੋਂ ਜਿਹੜਾ ਸਤੋ ਗੁਣ ਹੈ ਦੋਹਾਂ ਗੁਣਾਂ ਪਹਿਲਾਂ ਨਾਲੋਂ ਉੱਚਾ ਹੈ। ਠੀਕ ਹੈ, ਰਜੋ ਨਾਲੋਂ ਵੀ ਤਮੋ ਨਾਲੋਂ ਵੀ। ਸਤੋ ਗੁਣੀ ਬੰਦਾ ਇਖਲਾਕੀ ਹੋ ਜਾਂਦਾ, ਉਹਦਾ ਇਖਲਾਕ ਉੱਚਾ ਹੋ ਜਾਂਦਾ, ਆਮ ਲੋਕਾਂ ਨਾਲੋਂ ਉੱਚਾ ਹੁੰਦਾ। ਠੀਕ ਹੈ ਜੀ, ਪਰ ਉਹ ਸੰਤ ਨਹੀਂ ਹੁੰਦਾ, ਲੋਕ ਉਹਨੂੰ ਸੰਤ ਸਮਝ ਕੇ ਬਹਿ ਜਾਂਦੇ ਜੀ। ਸੰਤ ਜਿਹੜਾ ਗੁਰਬਾਣੀ ਦੀ ਡੈਫੀਨੇਸ਼ਨ ਵਿੱਚ ਹੈ ਉਹ ਤਾਂ ਬਹੁਤ ਉੱਚੀ ਅਵਸਥਾ ਹੁੰਦੀ ਹੈ। ਜਿਹੜੇ ਤਿੰਨੇ ਗੁਣ ਹੈ ਮਾਇਆ ਦੇ, ਇਹਨਾਂ 'ਤੇ ਉੱਚੀ ਹੈ ਸਪਿਰਚੁਅਲਿਟੀ। ਸਪਿਰਚੁਅਲਿਟੀ ਇਟ ਪਰਟੇਨਸ ਟੂ ਆਤਮਾ, ਆਤਮਕ ਲੈਵਲ ਪਰ ਬੰਦਾ ਉੱਚਾ ਹੁੰਦਾ, ਜਿਵੇਂ ਰਜਨੀਸ਼ ਵਰਗੇ ਹੋਏ ਹੈ, ਮਹਾਤਮਾ ਗਾਂਧੀ ਹੋਏ ਹੈ ਜੀ ਜੀ। ਇਹ ਡਿਵਾਈਨ ਨਹੀਂ ਥੇ ਗੁਰਮਤਿ ਦੇ ਨਿਗਾਹ ਤੋਂ, ਇਹ ਸਪਿਰਚੁਅਲ ਜ਼ਰੂਰ ਥੇ ਜੀ ਜੀ ਜੀ। ਜਿਹੜਾ ਇਖਲਾਕੀ ਹੁੰਦਾ ਉਹ ਤਾਂ ਜਿਹੜਾ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਉਹਨੂੰ ਵੀ ਆਪਾਂ ਕਹਿੰਦੇ ਵੀ ਇਖਲਾਕੀ ਬੰਦਾ ਜੀ, ਰਿਸ਼ਵਤ ਨਹੀਂ ਲੈਂਦਾ, ਪਰ ਉਹ ਸਮਾਜਿਕ ਤੌਰ ਪਰ ਹੁੰਦਾ, ਨਾ ਕਿ ਉਹ ਸਪਿਰਚੁਅਲ ਲੈਵਲ 'ਤੇ ਉੱਚਾ ਹੁੰਦਾ। ਤੋ ਇਹਨਾਂ ਤੋਂ ਉੱਚਾ ਸਪਿਰਚੁਅਲ ਹੈ, ਸਪਿਰਚੁਅਲ ਤੋਂ ਵੀ ਉੱਚਾ ਡਿਵਾਈਨ ਹੈ। ਡਿਵਾਈਨ ਕੇਵਲ ਰੱਬ ਦੀ ਬਾਤ ਹੈ, ਡਿਵਾਈਨ ਉਹਨੂੰ ਕਹਿੰਦੇ ਜਿਹੜਾ ਰੱਬ ਪਰ ਖੜ ਜਾਏ, ਇੱਕ ਪਰ ਖੜ ਜਾਏ ਜੀ, ਇੱਕ ਤੋਂ ਬਿਨਾਂ ਉਹ ਦੂਜੇ ਪਰ ਨੱਕ ਨਾ ਲਿਆਵੇ ਕਿਸੇ ਪਰ ਵੀ, ਕੋਈ ਵੀ ਹੋਵੇ, ਚਾਹੇ ਪਸ਼ੂ ਪਾਣੀ, ਪਸ਼ੂ ਪੌਣ ਪਾਣੀ, ਪਸ਼ੂ ਪਰਬਤ ਜਾਂ ਚੰਦ ਸੂਰਜ ਜਾਂ ਈਵਨ ਦੇਵੀ ਦੇਵਤੇ, ਫਰਿਸ਼ਤੇ, ਪੈਗੰਬਰ, ਅਵਤਾਰ, ਇਹ ਸਾਰੇ ਉਹਦੇ ਵਿੱਚ ਆ ਜਾਂਦੇ, ਇਹ ਦੂਜੇ 'ਚ ਆਉਂਦੇ ਆ। ਜਿਹੜਾ ਏਕਾ ਹੈ, ਏਕਾ ਕੇਵਲ ਪਰਮਾਤਮਾ ਜਾਂ ਉਹਦਾ ਕੋਈ ਚੌਥੇ ਪਦ ਵਾਲਾ ਜਾਂ ਪਰਮ ਪਦ ਵਾਲਾ ਸੰਤ ਜੀ। ਇਹ ਗੁਰਬਾਣੀ 'ਚੋਂ ਪਤਾ ਲੱਗਦੀਆਂ ਗੱਲਾਂ, ਬਾਹਰ ਨਹੀਂ ਕਿਤੇ ਵੀ ਹੈ, ਨਾ ਇੱਕ ਡਿਫਰੈਂਸੀਏਸ਼ਨ ਕਿਤੇ ਹੋਈ ਹੋਈ ਹੈ, ਇਹ ਵਿੱਚੋਂ ਹੀ ਸਮਝ ਆਈ ਹੋਈ ਹੈ। ਤੋ ਡਿਵਾਈਨ ਪਰਸਨ ਹੋਊਗਾ ਉਹ ਜਿਹਦਾ ਕੇਵਲ ਇੱਕ ਰੱਬ ਪਖੜ ਜੂਗਾ, ਇੱਕ ਤੋਂ ਬਿਨਾਂ ਦੂਜੇ ਤੋਂ ਨਹੀਂ ਜਾਊਗਾ। ਉਹ ਫਿਰ ਜਾਂ ਪਰਮਾਤਮਾ ਹੈ ਜਾਂ ਫਿਰ ਕੋਈ ਸੰਤ ਹੁੰਦਾ ਵਿਰਲਾ, ਜੋ ਇਹ ਡੇਰੇਦਾਰੀ ਹੈ ਇਹ ਨਹੀਂ ਹੈ ਜੀ ਜੀ। ਮਾਫ਼ ਕਰਿਓ, ਆਪਣੀ ਜਗ੍ਹਾ ਸਭ ਠੀਕ ਹੈ ਪਰ ਸੰਤ ਨਹੀਂ ਹੈ। ਸੰਤ ਚੌਥੇ ਪਦ ਵਾਲਾ ਤਾਂ ਬਹੁਤ ਬਿਰਲਾ ਹੁੰਦਾ, ਕੋਟ ਮਦੇ ਕੋ ਜਨ ਅਪਾਰ, ਕਰੋੜਾਂ 'ਚੋਂ ਇੱਕ ਅੱਧਾ ਹੁੰਦਾ ਨਹੀਂ। ਸੰਤ ਜਿਹੜਾ ਜੀ ਹੁੰਦਾ ਉਹ ਮਨੁੱਖ ਹੁੰਦਾ, ਕਿਉਂਕਿ ਹੁਣ ਬਹੁਤ ਸਾਰੇ ਲੋਕਾਂ ਨੇ ਇਹ ਵੀ ਦੁਬਿਧਾ ਖੜੀ ਕੀਤੀ ਹੋਈ ਵੀ ਜਿਹੜਾ ਜੀ ਸੰਤ ਸ਼ਬਦ ਹੁੰਦਾ, ਸੰਤ ਕੀ ਨਿੰਦਾ ਦੀ ਗੱਲ ਆਉਂਦੀ, ਉਹ ਗੁਰੂ ਦੀ ਗੱਲ ਆਉਂਦੀ, ਬ੍ਰਹਮ ਗਿਆਨੀ ਦੀ ਗੱਲ ਆਉਂਦੀ ਜੀ, ਉਹ ਵੀ ਗੁਰੂ ਨੂੰ ਕਿਹਾ ਗਿਆ, ਰੱਬ ਨੂੰ ਕਿਹਾ ਗਿਆ, ਮਨੁੱਖ ਨੂੰ ਨਹੀਂ। ਇਹ ਜਿਹੜੇ ਸਾਡੇ ਵਿਦਵਾਨ ਹੈ ਨਾ ਅੱਜ ਕੱਲ੍ਹ ਦੇ ਜੀ, ਉਹਨਾਂ ਨੇ ਇਹ ਗੱਲ ਬਣਾਈ ਹੋਈ ਹੈ, ਕਹੀ ਹੋਈ ਹੈ, ਕਿਉਂਕਿ ਵਿੱਚ ਤਾਂ ਬੜੇ ਨਹੀਂ ਹੈ ਗੁਰਬਾਣੀ ਦੀ, ਉੱਪਰੋਂ ਉੱਪਰੋਂ ਆਖਰੀ ਲਿਟਰਲ ਮੀਨਿੰਗ ਲੈਂਦੇ ਹੋ ਜੀ ਜੀ, ਜਿਹੜਾ ਪਿੱਛੇ ਭਾਵਨਾ ਉਹ ਨਹੀਂ ਲੈ ਰਹੇ। ਇਸੀ ਕਰਕੇ ਜਪ ਦਾ ਵੀ ਖੰਡਨ ਕਰਦੇ ਵੀ ਜਪਣ ਦੀ ਲੋੜ ਹੀ ਨਹੀਂ ਹੈ। ਹਾਂਜੀ, ਹਾਲਾਂਕਿ ਜਪਣ ਅਟਮੋਸਟ ਜ਼ਰੂਰੀ ਹੈ, ਜਪਣੇ ਬਿਨਾਂ ਮਨ ਖੋਲ੍ਹੇ ਨਹੀਂ ਸਕਦਾ, ਇਕੱਲੀ ਨੌਲੇਜ ਕੁਛ ਨਹੀਂ ਕਰਦੀ ਹੈ। ਠੀਕ ਹੈ, ਕਿੰਨਾ ਉਪਨਿਸ਼ਦ ਦੀ ਜੇ ਗੱਲ ਸੁਣਾਵਾਂ ਆਪ ਨੂੰ ਸਾਂਝੀ ਕਰਾਂ, ਤਾਂ ਉਹ ਕਹਿੰਦੇ ਵੀ ਇਟ ਇਜ਼ ਫੇਥ ਨੋਟ ਨੌਲੇਜ,
ਵਿੱਚ ਯੂਨਾਈਟਸ ਏ ਮੈਨ ਵਿਦ ਦਾ ਗੋਡ। ਨੌਲੇਜ ਨਹੀਂ, ਜਿੰਨੀ ਮਰਜ਼ੀ ਇਕੱਠੀ ਕਰ ਲਓ, 10-20 PhDs ਕਰ ਲਓ, ਕੁਛ ਨਹੀਂ ਬਣਨਾ ਜੀ। ਕੇਵਲ ਫੇਥ, ਭਰੋਸਾ, ਉਹ ਹੈ ਜਿਹੜਾ ਧਰਮ ਨੂੰ ਮਿਲਾਊਗਾ। ਕਿਉਂਕਿ ਗੁਰਬਾਣੀ ਫਰਮਾ ਦਿੰਦੀ ਹੈ, ਹਰਨ ਭਰਨ ਜਾਂ ਕਾ ਨੇਤਰ ਹੋਰ, ਅੱਖ ਦੇ ਝਮੱਕੇ 'ਚ ਮਿਟਾ ਦੇਵੇ, ਦੁਨੀਆਂ ਨੂੰ ਬਣਾ ਦੇਵੇ। ਕਈ ਵਾਰ ਪਹਿਲਾਂ ਵੀ ਬਣਾ ਲਈ ਉਹਨੇ। ਫਿਰ ਜੇ ਫੇਥ ਦੀ ਗੱਲ ਹੈ ਜੀ, ਫਿਰ ਬਹੁਤ ਸਾਰੇ ਲੋਕ ਇਹ ਵੀ ਸਵਾਲ ਕਰਦੇ ਆ ਵੀ ਫਿਰ ਮੂਰਤੀ ਜਿਹੜੇ ਪੂਜਦੇ ਆ ਜੀ, ਉਹਨਾਂ ਦਾ ਵੀ ਵਿਸ਼ਵਾਸ ਆ, ਉਹਨੂੰ ਖੰਡਨ ਕਿਉਂ? ਸੁਣੋ, ਇਹ ਇੱਕ ਹੁੰਦਾ ਵਿਸ਼ਵਾਸ, ਇੱਕ ਹੁੰਦਾ ਅੰਧ ਵਿਸ਼ਵਾਸ। ਅੱਛਾ ਜੀ, ਪਤਾ ਕਿੱਥੋਂ ਲੱਗੂਗਾ? ਆਪਾਂ ਨੂੰ ਤਾਂ ਲੱਗ ਨਹੀਂ ਸਕਦਾ। ਜਿਹੜਾ ਮਹਾਂਪੁਰਸ਼ ਤਵੀ ਪਰ ਬੈਠਿਆ ਹੈ ਜੀ, ਜਿਹੜੇ ਮਹਾਂਪੁਰਸ਼ ਨੇ ਦੂਜਿਆਂ ਦੇ ਖਾਤਰ ਆਪਣੀ ਗਰਦਨ ਕਟਵਾਈ ਹੈ, ਉਹ ਝੂਠ ਨਹੀਂ ਬੋਲ ਸਕਦੇ। ਕਬੀਰ ਜੀ ਵਰਗੇ ਮਹਾਂਪੁਰਸ਼ ਝੂਠ ਨਹੀਂ ਬੋਲ ਸਕਦੇ, ਇਹ ਗੱਲ ਮੰਨ ਲੈਣੀ ਚਾਹੀਦੀ। ਅਸੀਂ ਤਾਂ ਬੁੱਧੀ ਵਾਲੇ, ਸਾਡਾ ਤਾਂ ਸਾਰਾ ਕੁਛ ਠੀਕ ਨਹੀਂ ਹੈ, ਉਹੀ ਆਪਾਂ ਤਾਂ ਵਿਚਾਰਾਂ ਕਰੀ ਜਾਂਦੇ ਬਿਨਾਂ ਮਤਲਬ ਦੀਆਂ। ਠੀਕ ਹੈ ਜੀ। ਤਾਂ ਜਿਹੜੇ ਦੇ ਅੰਦਰ ਵਿਵੇਕ ਨਹੀਂ ਅਜੇ ਪੈਦਾ ਹੋਇਆ, ਹਾਲੇ ਬੁੱਧੀ ਨਾਲ ਚੱਲ ਰਿਹਾ, ਉਹ ਕਰਦੇ ਇਹ ਗੱਲਾਂ। ਜਿੱਥੇ ਵਿਵੇਕ ਪੈਦਾ ਹੋਜੂਗਾ, ਵਿਵੇਕ ਕਿੱਥੋਂ ਆਉਣਾ? ਮੈਂ ਰਹਿਤ ਹੋ ਕੇ, ਜਿੱਦਣ ਹੋਮੇ ਈਗੋ ਟੁੱਟੂਗੀ ਨਾ ਬੰਦੇ ਦੀ, ਉੱਦਣ ਵਿਵੇਕ ਆਉਂਦਾ, ਅਦਰਵਾਈਜ਼ ਬੁੱਧੀ ਉਹ ਚੱਲਦੀ ਹੈ ਜੀ। ਤਾਂ ਉਹ ਸਾਡੇ ਅੰਦਰ ਹੈ ਨਹੀਂ। ਤਾਂ ਹੀ ਤਾਂ ਗੁਰੂ ਮਹਾਰਾਜ ਪੰਚਮ ਮੰਗ ਰਹੇ ਹਾਂ ਵੀ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ ਜੀ ਜੀ ਜੀ। ਉਹ ਵਿਵੇਕ ਬੁੱਧ ਹੈ ਜਿਹੜੀ, ਉਹ ਕਿਆ ਹੈ? ਬੁੱਧੀ ਮਾਈਨਸ ਈਗੋ ਜਾਂ ਮੈਂ ਇਜ਼ ਈਕੁਅਲ ਟੂ ਵਿਵੇਕ। ਵਿਵੇਕ, ਓਕੇ। ਤਾਂ ਵਿਵੇਕ ਦੇ ਵਿੱਚ ਹਰ ਇੱਕ ਚੀਜ਼ ਸਹੀ ਹੋਊਗੀ, ਵਿਵੇਕ ਤੋਂ ਬਿਨਾਂ ਸਾਰਾ ਕੁਛ ਐਵੇਂ ਖਿਆਲੀ ਪਲਾਓ ਹੈ। ਫਿਰ ਉਹਨਾਂ ਦੀ ਉਹ ਵਿਸ਼ਵਾਸ ਉਹ ਕਿਵੇਂ ਹੋ ਗਿਆ? ਹੁਣ ਜਿਹੜੀ ਗੱਲ ਸਾਨੂੰ ਮਹਾਂਪੁਰਸ਼ ਇਹਨਾਂ ਨੇ ਦੱਸਤੀ, ਜਿਹੜੇ ਡਿਵਾਈਨ ਹੈ, 35 ਮਹਾਂਪੁਰਸ਼ ਹੈ ਗੁਰੂ ਗ੍ਰੰਥ ਸਾਹਿਬ ਜੀ, ਸਾਰੇ ਡਿਵਾਈਨ ਹੈ, ਅਲੱਗ ਅਲੱਗ ਜਗ੍ਹਾ ਤੋਂ ਹੈ, ਬੰਗਾਲ ਤੋਂ, ਬਨਾਰਸ ਤੋਂ, ਮਹਾਰਾਸ਼ਟਰ ਤੋਂ, ਸਿੰਧ ਤੋਂ, ਰਾਜਸਥਾਨ ਤੋਂ, ਪੰਜਾਬ ਤੋਂ ਤਾਂ ਹੈ ਹੀ। ਜਿਹੜੀ ਗੱਲ ਉਹਨਾਂ ਨੇ ਕਹੀ ਹੈ, ਫਿਰ ਅਸੀਂ ਉਹਨੂੰ ਮੰਨੀਏ ਜਾਂ ਅਸੀਂ ਆਪਣੇ ਕੋਲੋਂ ਦਲੀਲਾਂ ਘੜੀਏ ਜਾਂ ਦੂਜਿਆਂ ਦੀਆਂ ਗੱਲਾਂ ਮੰਨੀਏ, ਉਹ ਕਹਿ ਰਹੇ ਹੈ, ਕਹੂ ਬਤਾਨ ਕੋ ਪੂਜਤ ਹੈ ਬਸ, ਕਹੂ ਮਿਰਤਾਨ ਕੋ ਪੂਜਨ ਤਾਇਓ, ਹੋਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੋਈ ਬੁੱਤਾਂ ਨੂੰ ਪੂਜ ਰਿਹਾ ਮੂਰਤੀਆਂ ਨੂੰ, ਕੋਈ ਮੜੀਆਂ ਮਰਿਆਮਿਆਂ ਨੂੰ ਪੂਜ ਰਿਹਾ, ਦੀਵੇ ਬਾਲ ਰਿਹਾ ਦੀਵਾਲੀ ਵਾਲੀਆਂ ਰਾਤਾਂ ਨੂੰ ਜੀ। ਮਹਾਂਮੂਰਖਰ ਪਸ਼ੂ ਕਿਹਾ ਸਾਨੂੰ ਉਹਨਾਂ ਨੇ। ਅਸੀਂ ਉਹਨਾਂ ਦੀ ਗੱਲ ਨੂੰ ਬੜਾ ਕਰੀਏ ਜਾਂ ਹੋਰ ਲੋਕਾਂ ਦੀਆਂ ਗੱਲਾਂ ਨੂੰ ਕਰੀਏ, ਇਹਦੇ ਨਾਲ ਇੱਕ ਗੱਲ ਹੋਰ ਜੁੜ ਗਈ। ਨਹੀਂ, ਹੁਣ ਲੋਕ ਇਹ ਵੀ ਕਹਿੰਦੇ ਨੇ ਵੀ ਇੱਕ ਪਾਸੇ ਤੁਸੀਂ ਮੂਰਤੀਆਂ ਨੂੰ ਕਹਿੰਦੇ ਵੀ ਖੰਡਨ ਕਰੋ, ਦੂਜੇ ਪਾਸੇ ਤੁਸੀਂ ਇਹ ਵੀ ਕਹਿ ਦਿੰਦੇ ਵੀ ਧੰਨੇ ਭਗਤ ਨਾ ਪਾਏ ਪੱਥਰ ਚੋਂ ਰੱਬ ਹੈ। ਉਹ ਗੱਲ ਆ ਗਈ ਵਿੱਚੇ ਹੁਣ। ਹਾਂਜੀ, ਇਹ ਲੋਕ ਕਹਾਵਤ ਹੈ ਵੀ ਧੰਨੇ ਨੇ ਪੱਥਰ ਚੋਂ ਪਾਇਆ, ਪੰਡਿਤ ਨੇ ਚਲਾਈ ਹੋਈ ਹੈ ਇਹ ਗੱਲ, ਸੁਣਨੇ ਵਿੱਚ ਆ ਰਹੀ ਹੈ, ਅਸੀਂ ਵੀ ਸੁਣੀ ਹੈ, ਪਰ ਗੁਰਬਾਣੀ ਨੂੰ ਪੁੱਛੀਏ ਨਾ ਵੀ ਉਹ ਕਿਆ ਕਹਿੰਦੀ ਇਸ ਗੱਲ ਪਰ, ਫਰਮਾਉਂਦੀ ਕਿਆ ਹੈ? ਧੰਨੇ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ। ਧੰਨੇ ਨੇ ਆਪ ਲਿਖੀ ਹੋਈ ਗੱਲ ਹੈ, ਉਹਨਾਂ ਦੀ ਗੱਲ ਨੂੰ ਯਕੀਨ ਕਰੀਏ ਕਿ ਲੋਕਾਂ ਦੀ ਘੇੜਿਆਂ ਦੀ ਯਕੀਨ ਕਰੀਏ? ਧੰਨਾ ਜੀ ਕਹਿ ਰਿਹਾ ਵੀ ਮੈਂ ਧਰਨੀ ਧਰ ਯਾਨੀ ਰੱਬ ਧਰਤੀ ਦਾ ਆਸਰਾ ਜੀ, ਧੰਨੇ ਧਨ ਪਾਇਆ ਧਰਨੀ ਧਰ, ਮੈਂ ਪਰਮਾਤਮਾ ਨੂੰ ਪਾਇਆ ਕਿੱਥੋਂ? ਮਿਲ ਜਨ ਸੰਤ ਸਮਾਨਿਆ, ਸੰਤ ਜਨਾਂ ਨਾਲ ਮਿਲ ਕੇ ਮੈਂ ਰੱਬ 'ਚ ਸਮਾਇਆ, ਨਾ ਕਿ ਪੱਥਰ ਨਾਲ ਮਿਲ ਕੇ ਸਮਾਇਆ। ਗੁਰਬਾਣੀ ਦਾ ਬਿਲਕੁਲ ਉਲਟ ਹੈ, ਜੋ ਸੁਣਨ ਵਿੱਚ ਕਹਿਣ ਵਿੱਚ ਆ ਰਿਹਾ ਉਹ ਲੋਕਾਂ ਦੀਆਂ ਗੱਲਾਂ, ਕਹਾਣੀਆਂ, ਕਥਾ ਕਹਾਣੀ, ਬੇਦੀ ਆਣੀ ਪਾਪ ਪੁੰਨ ਵਿਚਾਰ, ਇਹ ਤਾਂ ਵੇਦਾਂ ਸ਼ਾਸਤਰਾਂ ਨੇ ਆਗਮ ਨਿਗਮ ਦੇ ਵਿੱਚ ਇਹ ਗੱਲਾਂ ਆ ਰਹੀਆਂ, ਇਹ ਚੱਲ ਰਹੀਆਂ। ਇਸੇ ਕਰਕੇ ਤਾਂ ਫਿਰ ਗੁਰਬਾਣੀ ਨੂੰ ਪੰਜਵਾਂ ਵੇਦ ਕਹਿਣਾ ਗੁਰਬਾਣੀ ਦੀ ਨਿੰਦਿਆ, ਕਿਉਂਕਿ ਵੇਦਾਂ ਦੀ ਜਿਹੜੀ ਵਿਚਾਰ ਹੈ ਗੁਰਬਾਣੀ 'ਚ ਆ ਰਹੀ ਹੈ ਉਹ ਵੀ ਵਾਰ ਵਾਰ। ਹਾਲਾਂਕਿ ਵੇਦਾਂ ਬਾਰੇ ਦੋਹੇ ਪੱਖ ਆਉਂਦੇ ਹਰ ਇੱਕ ਚੀਜ਼ ਦੇ, ਹਰ ਇਸ਼ੂ ਦੇ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਕਬੀਰ ਜੀ ਦਾ ਸ਼ਬਦ ਹੈ। ਪਰ ਇਹ ਐਬਸੋਲਿਊਟ ਗੱਲ ਨਹੀਂ ਹੈ, ਇਹਦੇ ਨਾਲ ਗੱਲ ਹੋਰ ਰੱਖਣੀ ਪੈਣੀ ਹੈ। ਇੱਕ ਪਾਸਾ ਦੇ ਕੇ ਆਗਮ ਨਿਗਮ ਦੀ ਗੱਲ ਵੇਦ ਸ਼ਾਸਤਰ ਦੀ ਕਰਕੇ, ਫਿਰ ਨਾਲ ਡਿਵਾਈਨ ਗੱਲ ਵੀ ਕਰੀ ਹੋਈ ਹੈ, ਉਹ ਕਿਆ ਹੈ? ਚਾਰੇ ਵੇਦ ਕਥੇ ਆਕਾਰ, ਤੀਨ ਅਵਸਥਾ ਕਹੇ ਬਖਿਆਣ, ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਣ। ਵੇਦ ਸ਼ਾਸਤਰ ਤਿੰਨਾਂ ਗੁਣਾਂ ਦੀ ਗੱਲ ਕਰ ਰਿਹਾ,
ਬੇਸ਼ੱਕ ਸਾਡੇ ਭਰਾ ਉਹਨਾਂ ਨੂੰ ਡਿਵਾਈਨ ਮੰਨਦੇ ਹੋਣ, ਮੰਨੀ ਜਾਣ, ਪਰ ਆਪਾਂ ਤਾਂ ਜੋ ਸਾਨੂੰ ਭਗਤਾਂ ਨੇ ਔਰ ਗੁਰੂ ਸਾਹਿਬਾਨ ਨੇ ਰਸਤਾ ਦਿੱਤਾ ਸੀ ਤਾਂ ਉਸੇ ਨੂੰ ਫਾਈਨਲ ਸਮਝਦੇ ਹਾਂ। ਜਿਹਨੇ ਕਿ ਤਵੀਆਂ ਪਰ ਬਹਿ ਕੇ ਗੱਲ ਲਿਖੀ ਹੈ, ਆਪਣਾ ਵਿਸ਼ਵਾਸ ਨਹੀਂ ਛੱਡਿਆ। ਤਾਂ ਫਿਰ ਜਿਨ ਕੀ ਲਿਵ ਪ੍ਰਭ ਚਾਨਣ ਲਾਗੀ ਅਤੇ ਵੇਦਨ ਅਤੇ ਭਏ ਤਿਆਗੀ, ਜਿਹਦੀ ਸੁਤਾ ਰੱਬ ਨਾਲ ਜੁੜ ਜਾਓ ਵੇਦਾਂ ਦਾ ਤਿਆਗ ਕਰ ਦਿੰਦਾ। ਕਿਤੇ ਗੁਰਬਾਣੀ 'ਚ ਵੀ ਆਉਂਦੀ ਇਹੋ ਜਿਹੀ ਗੱਲ ਵੀ ਉਹ ਗੁਰਬਾਣੀ ਨੂੰ ਛੱਡ ਦੂਗਾ? ਨੋ, ਸਗੋਂ ਗੁਰਬਾਣੀ ਨਾਲ ਹੋਰ ਜੁੜਦਾ, ਕਿਉਂਕਿ ਗੁਰਬਾਣੀ ਵੀ ਇੱਕ ਹੈ। ਔਰ ਅਸੀਂ ਤਾਂ ਇਹੋ ਜਿਹਾ ਵਿਡੰਬਣਾ ਸਾਡੀ ਹੋ ਰਹੀ ਅੱਜ ਕੱਲ੍ਹ ਕਰ ਰਹੇ ਅਸੀਂ ਸਿੱਖ ਲੋਕ, ਚਾਹੀਦਾ ਤਾਂ ਇਹ ਹੈ ਵੀ ਅਸੀਂ ਗੁਰਬਾਣੀ ਪੜ੍ਹ ਕੇ ਏਕਾ ਹੈ, ਦੂਜੇ 'ਚੋਂ ਨਿਕਲਣਾ ਹੈ। ਜੀ ਜੀ, ਖਸਮ ਛੋੜ ਦੂਜਾ ਲੱਗੇ ਡੁੱਬੇ ਸੇ ਬਣ ਜਾ ਰਿਹਾ, ਜੀ ਅਸੀਂ ਦੂਜਾ ਛੱਡਣਾ ਹੈ। ਰੱਬ ਤੋਂ ਔਰ ਸੰਤ ਤੋਂ ਬਿਨਾਂ ਸਭ ਕੁਝ ਦੂਜਾ ਹੈ, ਗੁਰੂ ਤੋਂ ਬਿਨਾਂ। ਜੀ ਜੀ, ਉਹਦੇ 'ਚੋਂ ਨਿਕਲਣਾ ਹੈ, ਏਕੇ 'ਚ ਆਉਣਾ ਹੈ। ਅਸੀਂ ਤਾਂ ਏਕੇ ਨੂੰ ਵੀ ਮੜੀਆਂ 'ਚ ਪ੍ਰਕਾਸ਼ ਕਰਕੇ ਦੂਜਾ ਬਣਾਉਣ ਲੱਗੇ ਹੋਏ, ਹਰ ਪਿੰਡ 'ਚ ਹੋ ਰਿਹਾ ਇਹ ਕੰਮ। ਬਿਲਕੁਲ ਨੌਨਸੈਂਸ ਗੱਲ ਹੈ ਸਿੱਖੀ ਦੇ ਮੁਤਾਬਿਕ। ਏਕੇ ਨੂੰ ਉੱਥੇ ਲਿਜਾ ਕੇ ਅਸੀਂ ਦੂਜਾ ਬਣਾਉਣ ਲੱਗੇ ਹਾਂ। ਔਰ ਫਿਰ ਗੁਰੂ ਸਾਹਿਬ ਦਾ ਹੁਕਮ ਕਿਹਾ, ਮੂਰਖ ਪੜ੍ਹ ਪੜ੍ਹ ਦੂਜਾ ਭਾਉ ਦਿੜਾਇਆ। ਜੀ ਜੀ, ਪੜ੍ਹਦੇ ਏਕੇ ਨੂੰ ਹੈ, ਇਕੱਠਾ ਕਰ ਰਹੇ ਦੂਜਾ ਭਾਉ, ਮੜੀਆਂ ਦੂਜਾ, ਉਹਨਾਂ ਦੀ ਪੂਜਾ ਦਾ ਵਿਧਾਨ ਹੈ ਹੀ ਨਹੀਂ। ਮੜੀ ਮਸਾਣ ਨਾ ਜਾਈ ਵਾਲੀ ਵੀ ਬਹੁਤ ਕੁਛ ਹੈ, ਕਿਤੇ ਇੱਕ ਜਗ੍ਹਾ ਆਉਂਦਾ, ਬਹੁਤ ਥਾਂ ਆਉਂਦਾ। ਜੀ, ਮਹਾਂਮੂਰਖ ਦੱਸਿਆ, ਪਸ਼ੂ ਦੱਸਿਆ ਸਾਨੂੰ, ਜੇ ਅਸੀਂ ਇਹ ਕੰਮ ਕਰਦੇ ਮੜੀਆਂ ਨੂੰ।